ਹਾਂਜੀ ਦੋਸਤੋ ਵਿਸ਼ਕਰਮਾ ਦਲਪਾ YouTube ਚੈਨਲ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਪਹੁੰਚੇ ਹਾਂ ਭੂਰ ਐਗਰੀ ਇੰਪਲੀਮੈਂਟਸ ਸੰਗਰੀ ਹੈ ਜੀ, ਠੀਕ ਹੈ, ਅਤੇ ਹਨੂੰਮਾਨਗੜ੍ਹ ਰਾਜਸਥਾਨ ਜੀ। ਅਤੇ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਦੋਸਤੋ, ਕਿਉਂਕਿ ਅੱਜ ਤੋਂ ਦਿਖਾਵਾਂਗੇ ਜੀ ਭੂਰ ਵੱਲੋਂ ਤਿਆਰ ਕੀਤਾ ਡਿਸਕ ਹੈਰੋ, ਜੋ ਹਾਈਡ੍ਰੋਲਿਕ ਹੈਰੋ ਕਹਿ ਸਕਦੇ ਹਾਂ ਦੋਸਤੋ। ਦੋਸਤੋ ਮੈਂ ਸਟਾਰਟਿੰਗ ਗੱਲ ਕਹਿਣਾ ਚਾਹੁੰਦਾ, ਜਿਨ੍ਹਾਂ ਵੀ ਹਾਲੇ ਤੱਕ ਵਿਸ਼ਕਰਮਾ ਦਲਬਾ YouTube ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ, ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਕਿਉਂਕਿ ਦੋਸਤੋ ਨਵੀਂ ਸ਼ਨ ਜਾਣਾ ਸਭ ਤੋਂ ਪਹਿਲਾਂ ਆਪਣੇ ਚਲਤੇ ਮਿਲਦੀ ਹੈ। ਅਤੇ ਦੋਸਤੋ ਆਪਣੇ ਨਾਲ ਨੇ ਕੰਪਨੀ ਸੁਪਰਵਾਈਜ਼ਰ ਜੋ ਆਪਣੀ ਜਾਣਕਾਰੀ ਦੇਣਗੇ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਸਰ ਤੁਹਾਡਾ ਜੀ? ਬਲਜੀਤ ਸਿੰਘ। ਸਰ ਦਿਓਗੇ ਜਾਣਕਾਰੀ ਜੀ ਭੂਰ ਇੰਪਲੀਮੈਂਟਸ ਬਾਰੇ ਜੀ? ਹਾਂਜੀ, ਸਤਿ ਸ਼੍ਰੀ ਅਕਾਲ, ਵੈਲਕਮ ਬਾਈ ਜੀ, ਬਹੁਤ ਬਹੁਤ ਸਵਾਗਤ ਦਰਸ਼ਕਾਂ ਦਾ। ਬ੍ਰਦਰ 10-10 ਤੋਂ ਹੈਰੋ ਸਟਾਰਟ ਹੁੰਦਾ ਹੈ। ਅੱਛਾ ਜੀ। ਹਾਂ, ਅੱਗੇ ਤਾਂ ਜੋ ਆਪਣੇ ਇੰਡੀਆ 'ਚ ਟਰੈਕਟਰ ਅਵੇਲੇਬਲ ਹੈ, ਹਾਂਜੀ ਸਰ, ਜੋ ਵੀ 110 ਹੌਸ ਪਾਵਰ ਜੋ ਇੰਡੀਆ 120 ਹੌਸ ਪਾਵਰ ਜੋ ਵੀ ਹੈ, ਤਾਂ ਉਸ ਤੱਕ ਆਪਾਂ ਇਹ ਬਣਾਉਂਦੇ ਹਾਂ 40-40, ਮਤਲਬ 40 ਦੀ ਹੈਰੋ ਬਣਾਉਂਦੇ ਹਾਂ, 20-20 ਦੀ, ਠੀਕ ਹੈ, ਔਰ 50-50 25-25 ਦੀ ਹੈਰੋ ਤੱਕ ਆਪਾਂ ਹੈਰੋ ਬਣਾ ਰਹੇ ਹਾਂ, 10-10 ਦੀ ਹੋ ਗਈ, 12-12। ਸਰ ਮੈਂ ਸਟਾਰਟਿੰਗ ਗੱਲ ਪੁੱਛਣਾ ਚਾਹੁੰਦਾ ਵੀ ਮੈਂ ਜਿਹੜੀ ਹੁੱਕ ਦੇਖ ਰਿਹਾ ਕਿ ਤੁਸੀਂ ਹੁੱਕ ਦੇਖ ਸਕਦੇ ਹੋ ਜੀ ਜੀ, ਇਹਦੇ ਨਾਲ ਜਾਣਕਾਰੀ ਦਿਓ ਕਿ ਵੱਖਰੀ ਹੁੱਕ ਲੱਗ ਰਹੀ ਹੈ, ਮੈਂ ਉਹ ਕਿਤੇ ਹੁੱਕ ਨਹੀਂ ਦੇਖੀ ਇੱਦਾਂ ਦੀ। ਹਾਂਜੀ, ਜੇ ਜੋ ਇਹ ਵੱਡੀਆਂ 4x4 ਟਰੈਕਟਰਾਂ ਦੀਆਂ ਹੈਰੋ ਹੁੰਦੀਆਂ ਹੈ, ਇਹਨਾਂ ਦੇ ਇਸੇ ਤਰ੍ਹਾਂ ਦੀ ਹੀ ਹੈਵੀ ਡਿਊਟੀ ਹੁੱਕ ਲੱਗ ਰਹੀ ਹੈ, ਤਾਂ ਕਿ ਇਸ ਦੇ ਅੰਦਰ ਫਿਕਸ ਨਹੀਂ ਹੈ, ਇਹ ਐਡਜਸਟੇਬਲ ਵੀ ਹੈ, ਤਾਂ ਕਿ ਇੰਪਲੀਮੈਂਟ ਨੂੰ ਕਿਸਾਨ ਆਪਣੇ ਅਕੋਰਡਿੰਗ ਸੈੱਟ ਕਰ ਸਕੇ। ਮਤਲਬ ਆਹ ਐਡਜਸਟਮੈਂਟ ਦਿੱਤੀ ਹੋਈ ਹੈ ਜਿਹੜੀ ਜੀ, ਹੈ ਨਾ ਜੀ? ਹਾਂਜੀ, ਇਹ ਐਡਜਸਟਮੈਂਟ ਹੈ ਜੀ, ਇੱਥੋਂ ਇਹ ਪਿੰਨ ਤੋਂ ਇਹ ਘੁੰਮ ਵੀ ਰਹੀ ਹੈ, ਠੀਕ ਹੈ ਜੀ, ਹਰ ਤਰ੍ਹਾਂ ਦਾ ਫੰਕਸ਼ਨ ਦਿੱਤਾ ਵਾ ਇਹਦੇ 'ਚ, ਬਿਲਕੁਲ ਈਜ਼ੀ ਸੈਟਿੰਗ ਕਰ ਸਕਦਾ ਕਿਸਾਨ। ਮਤਲਬ ਟਰੈਕਟਰ ਨੂੰ ਕਿਸ ਤਰ੍ਹਾਂ ਧੱਕਾ ਨਹੀਂ ਪੈਣਾ ਜੀ, ਹਰ ਇੱਕ ਚੀਜ਼ ਦੇ ਮਤਲਬ ਘੁੰਮਦੀ ਵੀ ਇਹ, ਅਤੇ ਉੱਪਰੋਂ ਵੀ ਮਤਲਬ ਗੱਲ ਕਰੀਏ ਜੀ? ਹਾਂਜੀ, ਉੱਪਰੋਂ ਗੱਲ ਕਰੀਏ ਤਾਂ ਇਹਦਾ ਸਪਰਿੰਗ ਹੈ ਐਡਜਸਟੇਬਲ, ਜਿਸ ਤਰ੍ਹਾਂ ਉੱਚੀ ਨੀਚੀ ਜਗ੍ਹਾ ਵੀ ਆਉਂਦੀ ਹੈ ਨਾ, ਤਾਂ ਉਸ ਜਗ੍ਹਾ 'ਤੇ ਹੈਰੋ ਨੇ ਉੱਪਰੋਂ ਅੱਗੇ ਪਿੱਛੋਂ ਨੀਵਾਂ ਹੋਣਾ ਹੈ, ਤਾਂ ਇਹ ਇੱਕ ਸਪਰਿੰਗ ਹੈ ਇਹਦੇ ਵਿੱਚ, ਤਾਂ ਇਹ ਐਡਜਸਟਮੈਂਟ ਹੈ ਤਾਂ ਕਿ ਟਰੈਕਟਰ ਦੀ ਹੁੱਕ 'ਤੇ ਜਾਂ ਟਰੈਕਟਰ 'ਤੇ ਕਿਸੇ ਤਰ੍ਹਾਂ ਦਾ ਲੋਡ ਨਾ ਪਵੇ ਜਾਂ ਡਿਸਕਾਂ ਵਗੈਰਾ ਨਾ ਇਹਦੀਆਂ ਲੂਜ ਹੋਣ। ਅਤੇ ਸਰ ਉਸ ਤੋਂ ਬਾਅਦ ਮੈਂ ਗੱਲ ਕਰਨਾ ਚਾਹੁੰਦਾ ਬੋਡੀ ਦੀ, ਤੁਸੀਂ ਬੋਡੀ ਬਾਰੇ ਜਾਣਕਾਰੀ ਦਿਓਗੇ ਵੀ ਕਿਹੜੀ ਬੋਡੀ ਕਿਵੇਂ ਤਿਆਰ ਹੋਈ ਹੈ, ਕਿ ਜਿੱਦਾਂ ਜੀ ਇਹਦੀ ਜੋ ਬੋਡੀ ਹੈ ਇਹਦੇ 'ਚ ਪਾਈਪ ਨਹੀਂ ਯੂਜ਼ ਕੀਤਾ ਗਿਆ ਕਿਤੇ ਵੀ, ਹਾਂਜੀ, ਇਹ ਪੂਰੀ ਦੀ ਪੂਰੀ ਸ਼ੀਟ ਜਿਸਨੂੰ ਪਲੇਟ ਬੋਲ ਦਿੰਦੇ ਹੈ ਉਸ ਤੋਂ ਬਣਾਈ ਗਈ ਹੈ, ਪਲਾਜਮਾ CNC ਕਟਿੰਗ 'ਤੇ ਇਸ ਦੀ ਬੋਡੀ ਹੈ, ਜੋ ਅਸੀਂ ਕਟਿੰਗ ਕਰਕੇ ਉਸ ਤੋਂ ਬਾਅਦ ਸ਼ੋਰਟ ਬਲਾਸਟਿੰਗ ਕਰਕੇ ਇਹਨੂੰ ਤਿਆਰ ਕਰਦੇ ਹੈ, ਔਰ ਇਹਦੀ ਜਿੱਥੇ ਜਿਸ ਥਿਕਨੈਸ ਦੀ ਜ਼ਰੂਰਤ ਹੈ ਇਸ ਨੂੰ ਉੱਥੇ ਉਨੀ ਮਜ਼ਬੂਤੀ ਦਿੱਤੀ ਗਈ ਹੈ, ਤਾਂ ਕਿ ਜੋ ਇੰਪਲੀਮੈਂਟ ਹੈ ਉਹ ਆਪਣਾ ਫੀਲਡ ਦੇ ਵਿੱਚ ਪੂਰੀ ਪਰਫੋਰਮੈਂਸ ਦੇ ਸਕੇ। ਸਰ ਤੁਸੀਂ ਸ਼ੋਰਟ ਬਲਾਸਟ ਦੀ ਗੱਲ ਕੀਤੀ ਹੈ, ਮੇਰੀ ਗੱਲ ਯਾਦ ਆ ਗਈ ਵੀ ਪੇਂਟ ਦੀ ਗੱਲ ਪੁੱਛਣਾ ਚਾਹੁੰਦਾ, ਪੇਂਟ ਮੇਨ ਆ ਗਿਆ ਸ਼ੋਰਟ ਬਲਾਸਟ 'ਤੇ ਪੇਂਟ ਹੁੰਦਾ ਵੀ ਕਲਰ ਕਿਤੇ ਜਾਂਦਾ, ਵੀ ਜਿਹੜਾ ਕਿਹੜਾ ਪੇਂਟ ਕਿਤੇ ਜਾਂਦਾ ਇਹਦੇ ਵਿੱਚ ਜੀ? ਇਹਦੇ ਵਿੱਚ ਸਪੈਸ਼ਲ ਪੇਂਟ ਕੀਤੇ ਜਾਂਦੇ ਆ ਸਾਡੀ ਤਰਫੋਂ, ਕੰਪਨੀ ਦੀ ਤਰਫੋਂ, ਔਰ ਸ਼ੋਰਟ ਬਲਾਸਟ ਕਰਕੇ ਸਟੀਲ ਨੂੰ ਪੂਰੀ ਅੱਛੀ ਤਰ੍ਹਾਂ ਪਹਿਲਾਂ ਉੱਪਰੋਂ ਸਾਫ਼ ਕਰਕੇ ਉਸ ਤੋਂ ਬਾਅਦ ਪ੍ਰਾਈਮਰ ਪ੍ਰੋਟੀਨ ਔਰ ਪੇਂਟ ਹੁੰਦੇ ਆ, ਪੇਂਟ ਹਾਰਡ ਪੇਂਟ ਹੁੰਦੇ ਆ ਜੋ ਕਿ ਜਲਦੀ ਜਲਦੀ ਕਲਰ ਫੇਟ ਨਹੀਂ ਹੁੰਦੇ, ਬਹੁਤ ਅੱਛੇ ਪੇਂਟ ਕੀਤੇ ਜਾਂਦੇ ਆ। ਸਰ ਮੈਂ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ, ਮੈਂ ਟਾਇਰ ਦੇਖ ਰਿਹਾ ਸੀ ਜੀ, ਵੀ ਟਾਇਰ ਮੈਂ ਕਦੇ ਟਾਇਰ ਇਹ ਦੇਖੇ ਇੱਦਾਂ ਦੇਖੇ ਕਿਸੇ ਵੀ ਹੈਰੋ 'ਚ ਨਹੀਂ ਅੱਜ ਤੱਕ ਦੇਖੇ ਮੈਂ ਟਾਇਰ ਜੀ, ਜੋ ਭੂਰੇ ਪਲਮੋਟਰ ਤਿਆਰ ਕਰਕੇ ਟਾਇਰ ਵਿੱਚ ਪਾਏ ਗਏ ਨੇ, ਵੀ ਇਹਨਾਂ ਬਾਰੇ ਜਾਣਕਾਰੀ ਦਿਓਗੇ ਥੋੜ੍ਹੀ ਜੀ? ਇਸ 'ਚ ਇਕੱਲਾ ਟਾਇਰ ਹੀ ਨਹੀਂ, ਇਹਦਾ ਪਰਪਜ਼ ਬਹੁਤ ਅੱਛਾ ਹੈ, ਇਹਦਾ ਕੀ ਫੰਕਸ਼ਨ ਹੈ, ਜਿਸ ਤਰ੍ਹਾਂ ਕੁਛ ਵੀ ਇੰਪਲੀਮੈਂਟ ਆਪਾਂ ਚਲਾਉਂਦੇ ਹਾਂ, ਸਭ ਤੋਂ ਛੋਟੀ ਅਗਰ ਹੈਰੋ ਚੱਲ ਰਹੀ ਹੈ ਤਾਂ 7-7 ਦੀ ਹੈਰੋ ਚੱਲ ਰਹੀ ਹੈ, ਤਾਂ ਉਸਦਾ ਵੀ ਅਗਰ 6-7 ਕੁਇੰਟਲ ਵੇਟ ਹੈ ਤਾਂ ਟਰੈਕਟਰ ਨੂੰ ਜਦੋਂ ਆਪਾਂ ਫੀਲਡ ਦੇ ਵਿੱਚ ਚਲਾਉਂਦੇ ਹਾਂ, ਖੇਤ ਦੇ ਵਿੱਚ ਚਲਾਉਂਦੇ ਹਾਂ, ਤਾਂ ਟਰੈਕਟਰ ਨੂੰ ਜ਼ਮੀਨ ਤਾਂ ਵਾਹੁਣੀ ਹੀ ਪੈਂਦੀ ਹੈ, ਅਦਰਵਾਈਜ਼ ਉਹਦਾ 6-7 ਕੁਇੰਟਲ ਮਿੱਟੀ 'ਚ ਫਸਿਆ ਹੋਇਆ ਵਜ਼ਨ ਵੀ ਉਹਨੂੰ ਖਿੱਚਣਾ ਪੈਂਦਾ, ਤਾਂ ਸੈਂਟਰ ਟਾਇਰ ਹੈਰੋ ਦੇ ਵਿੱਚ ਵੇਟ ਹੈ ਜੋ ਪੂਰਾ ਦਾ ਪੂਰਾ ਵੇਟ ਟਾਇਰਾਂ ਦੇ ਉੱਪਰ ਲੋਡ ਰਹਿੰਦਾ, ਜਿਸ ਤਰ੍ਹਾਂ ਟਰਾਲੀ ਦੇ ਟਾਇਰ ਹੁੰਦੇ ਆ, ਕਿੰਨਾ ਮਰਜ਼ੀ ਵੇਟ ਪਾ ਦਿਓ ਟਰੈਕਟਰ ਨੂੰ ਉਨਾ ਲੋਡ ਨਹੀਂ ਆਉਂਦਾ ਗਾ, ਔਰ ਜਿਸ ਸਮੇਂ ਇਹ ਚੱਲ ਰਹੀ ਹੈ ਫੀਲਡ ਦੇ ਵਿੱਚ, ਜ਼ਮੀਨ ਵਾਹੀ ਹੋਈ ਹੈ, ਤਾਂ ਟਾਇਰਾਂ ਦਾ ਜੋ ਫੰਕਸ਼ਨ ਹੈ, ਜਿੰਨੀ ਆਪਾਂ ਨੂੰ ਜ਼ਰੂਰਤ ਹੈ ਉਨਾ ਹੀ ਆਪਾਂ ਹੈਰੋ ਨੂੰ ਨੀਚੇ ਲਗਾਵਾਂਗੇ, ਯੂਜ਼ ਕਰਾਂਗੇ, ਅਗਰ 3 ਇੰਚ 4 ਇੰਚ 5 ਇੰਚ 5 ਇੰਚ 6 ਇੰਚ 7 ਇੰਚ 8 ਇੰਚ ਜਿੰਨੀ ਗਹਿਰਾਈ ਦੇਣਾ ਚਾਹੁੰਦੇ ਹੈ, ਇਹਦਾ ਕੰਟਰੋਲ ਹੈ, ਇਹ ਨਹੀਂ ਹੈ ਕਿ ਹੈਰੋ ਵੇਟ ਜ਼ਿਆਦਾ ਹੈ ਜਾਂ ਆਪਣੇ ਆਪ ਬੈਟਰੀ ਹੈ, ਟਰੈਕਟਰ ਡੀਜ਼ਲ ਜ਼ਿਆਦਾ ਖਾ ਰਿਹਾ ਹੈ, ਇਹਦੇ ਕਈ ਪੁਆਇੰਟ ਹੈ, ਔਰ ਚੌੜਾਈ ਦਾ ਜੋ ਆਪਣੇ ਕਿਹਾ ਕਿ ਚੌੜਾਈ ਦਾ ਕੀ ਇਹਦਾ ਹੈ ਜੇ ਨਹੀਂ ਦੇਖੇਗੇ, ਜਿਸ ਤਰ੍ਹਾਂ ਖੇਤ ਦੇ ਵਿੱਚ ਦੂਸਰੀ ਵਾਰ ਜਾਂ ਤੀਸਰੀ ਵਾਰ ਹੈਰੋ ਚਲਾਉਂਦੇ ਹੈ, ਤਾਂ ਉਸ ਸਮੇਂ ਜਿੰਨਾ ਟਾਇਰ ਦਾ ਬੇਸ ਚੌੜਾ ਹੋਏਗਾ ਤਾਂ ਉਨਾ ਹੀ ਟਾਇਰ ਆਪਦੀ ਪ੍ਰੋਗਰੈਸ ਜਲਦੀ ਦੇਗਾ, ਫਿਰ ਪੀੜੇ ਟਾਇਰ ਲਾ ਦਿਆਂਗੇ, ਪਹਿਲਾਂ ਟਾਇਰ ਨੀਚੇ ਬੈਠੇਗਾ ਔਰ ਫਿਰ ਉਹ ਹੈਰੋ ਨੂੰ ਵਜ਼ਨ ਉੱਪਰ ਉਠਾਏਗਾ, ਤਾਂ ਉਹਦੇ 'ਚ ਕਾਫੀ ਟਾਈਮ ਲੱਗ ਜਾਂਦਾ, ਉਹ ਤੱਕ ਟਰੈਕਟਰ ਕਾਫੀ ਅੱਗੇ ਚਲਾ ਜਾਂਦਾ, ਕੰਟਰੋਲ ਕਰਨ ਤੋਂ ਮਤਲਬ ਈਜ਼ੀ ਨਹੀਂ ਹੁੰਦਾ ਗਾ ਸਕਦੇ। ਦੂਸਰੇ ਵਾਲੀ ਹੈਰੋ ਜੋ ਹੁੰਦੀ ਹੈ ਮਾਊਂਟਡ ਹੈਰੋ, ਤਾਂ ਟ੍ਰੇਲਿੰਗ ਹੈਰੋ, ਉਹਨਾਂ ਨੂੰ ਉਹ ਮਾਊਂਟਡ ਹੈਰੋ ਤਾਂ ਆਪਾਂ ਚੱਕ ਸਕਦੇ ਹਾਂ, ਇਹਨਾਂ ਹੈਰੋ ਨੂੰ ਆਪਾਂ ਚੱਕ ਨਹੀਂ ਸਕਦੇ ਬੜੀਆਂ ਹੈਰੋ ਨੂੰ ਲਿਫਟ ਦੇ ਅਕੋਰਡਿੰਗ, ਤਾਂ ਇਹ ਹਾਈਡ੍ਰੋਲਿਕ ਜੈਕ ਨਾਲ ਹੀ ਹੈਰੋ ਉੱਪਰ ਹੋ ਕੇ
ਬੈਕ ਕਰਕੇ ਆਪਾਂ ਲਗਾ ਸਕਦੇ ਹਾਂ। ਟਾਇਰਾਂ ਦੇ ਇਹਦੇ 'ਚ ਬਹੁਤ ਬੈਨੀਫਿਟ ਹੈ, ਇਸੇ ਕਰਕੇ ਹੀ ਟਾਇਰ ਸੈਂਟਰ ਦਿੱਤੇ ਗਏ ਆ ਕਿ ਚਲਾਉਂਦੇ ਵਕਤ ਟਾਇਰਾਂ ਨੂੰ ਆਪਾਂ ਯੂਜ਼ ਕਰ ਸਕੀਏ। ਸਰ ਜਿਹੜਾ ਜੈਕ ਲੱਗਿਆ ਹੋਇਆ, ਮੈਨੂੰ ਜੈਕ ਬਾਰੇ ਜਾਣਕਾਰੀ ਦਿਓ ਕਿ ਕਿੰਨੇ ਐਮ ਦਾ ਜੈਕ ਹੈ ਜੀ? ਇਹ 50 mm ਦਾ ਜੈਕ ਹੈ ਜੀ, ਹੈਵੀ ਡਿਊਟੀ ਜੈਕ ਹੈ। ਇਹ ਜੋ ਹੈਰੋਂ ਦਾ ਮਾਡਲ ਹੈ, ਲਗਭਗ ਕੰਪਨੀ 20-22 ਸਾਲਾਂ ਤੋਂ ਬਣਾ ਰਹੀ ਹੈ ਔਰ ਕਾਫੀ ਅੱਛਾ ਰਿਜ਼ਲਟ ਹੈ। ਅੱਜ ਦੀ ਡੇਟ 'ਚ ਅਗਰ ਆਪਾਂ ਦੇਖੀਏ ਤਾਂ ਬੜੇ ਜੋ ਟਰੈਕਟਰ ਹੈ ਜਾਂ 4x4 ਟਰੈਕਟਰ ਹੈ, 65 horsepower, 55 horsepower ਤੋਂ ਟਰੈਕਟਰ ਜੋ ਸ਼ੁਰੂ ਹੋ ਜਾਂਦੇ ਹੈ ਔਰ ਇਸੇ ਹੀ ਹੈਰੋਂ ਦਾ ਮਾਡਲ ਜ਼ਿਆਦਾਤਰ ਲੋਕ ਕਸਟਮਰ ਹੈ ਜੋ ਉਹ ਸਿਲੈਕਟ ਕਰਦੇ ਆ। ਸਰ ਮੈਂ ਇੱਕ ਹੋਰ ਪੁੱਛਣਾ ਚਾਹੁੰਦਾ ਜਾਣਕਾਰੀ ਵੀ, ਇਹਦੇ ਵਿੱਚ ਮੈਂ ਦੇਖ ਰਿਹਾ ਵੀ ਜਿਹੜੇ ਆ ਡਿਸਕਾਂ ਨੇ ਉਹ ਵੱਖਰੇ ਵੱਖਰੇ ਕਿੱਥੇ ਗਏ ਨੇ, ਇਹਦੇ ਹੱਬਾਂ ਲੱਗੇ ਨੇ, ਇਹਦਾ ਜਾਣਕਾਰੀ ਦਿਓਗੇ ਜੀ? ਹਾਂ, ਇਹ ਜੋ ਬੜੀ ਹੈਰੋ ਹੈ 12-12 ਦੀ ਹੈਰੋ ਹੈ, ਇਹਦੇ 'ਚ ਜੋ ਹੋਜ਼ਿੰਗ ਹੱਬ ਦਿੱਤੇ ਗਏ ਹੈ, ਡਬਲ ਵੈਰਿੰਗ ਹੈ ਔਰ ਫਰੰਟ ਵਾਲਾ ਜੋ ਰੀਲ ਬੋਲਦੇ ਤਵੇ ਬੋਲਦੀ ਆਪਾਂ, ਉਹਨਾਂ 'ਚ 4 hub ਦਿੱਤੇ ਗਏ ਹੈ, ਉਹਨਾਂ ਡਬਲ ਵੈਰਿੰਗ ਹੈ। ਤਾਂ ਅੱਗੇ ਹੀ 4 hubs ਹੋ ਗਈਆਂ, 6-6 ਦੇ 2 ਪੈਕੇਜ ਹੋ ਗਏ, 12 hairs ਹੋ ਗਈਆਂ ਔਰ ਅੰਦਰ ਡਬਲ ਵੈਰਿੰਗ, 8 wiring ਅੱਗੇ ਹੋ ਗਏ, ਸੇਮ ਪਿੱਛੇ ਮਿਲਣਗੇ, ਸੇਮ ਇਸੇ ਤਰ੍ਹਾਂ ਹੀ ਪਿੱਛੇ ਮਿਲਣਗੇ। ਤਾਂ ਕਿ ਜਦੋਂ ਕਿਸਾਨ ਭਰਾ ਚਲਾਉਂਦੇ ਆ ਖੇਤ ਦੇ ਵਿੱਚ, ਕਈ ਵਾਰ ਐਸਾ ਚਾਂਸ ਹੁੰਦਾ ਕਿ ਇੱਕ ਹੀ ਵੱਟ 'ਤੇ ਤਵਾ ਤੁਰਿਆ ਜਾਂਦਾ, ਉਨੀ ਚੌੜਾਈ 'ਤੇ ਹੁੰਦਾ, ਵਿੱਚ ਵਾਲੇ ਤਵੇ ਆ ਗਏ ਤਾਂ ਉਹ ਸ਼ਾਫਟ ਬੈਂਡ ਨਹੀਂ ਹੁੰਦੀ, ਟੁੱਟਦੀ ਨਹੀਂ ਔਰ ਹੈਰੋਂ ਦੀ ਲਾਈਫ ਕਹਿ ਦੀ ਆਪਾਂ ਵੀ ਕਈ ਵਾਰ। ਇਹਨਾਂ ਦਾ ਕੀ ਕੰਮ ਹੋਇਆ ਵੈਸੇ ਜੀ, ਇਹ ਡਿਸਕਟ ਲੱਗੇ ਹੋਏ ਇਸ ਤਰ੍ਹਾਂ, ਮਤਲਬ ਡਰੈਪਾਂ ਦਾ ਕੀ ਕੰਮ ਹੋਇਆ ਵੈਸੇ ਇਹਨਾਂ ਦਾ? ਇਸਦਾ ਪਰਪਜ਼ ਹੁੰਦਾ ਜੀ, ਜਦੋਂ ਆਪਾਂ ਗਿੱਲੀ ਜ਼ਮੀਨ ਵਾਹੁੰਦੇ ਹਾਂ ਤਾਂ ਜੋ ਮਿੱਟੀ ਹੁੰਦੀ ਹੈ ਉਹ ਤਵੇ ਦੇ ਨਾਲ ਲੱਗ ਜਾਂਦੀ ਹੈ। ਤਾਂ ਇਸ ਦੇ ਅੰਦਰ ਅਗਰ ਤੁਸੀਂ ਦੇਖੋਗੇ ਤਾਂ ਸਾਡੀ ਜੋ ਕੰਪਨੀ ਹੈ ਉਸਨੇ ਇਹ ਜੋ ਬੋਲਟਿੰਗ ਦਿੱਤੀ ਗਈ ਹੈ, ਰਕਾਬ ਸਿਸਟਮ ਦਿੱਤਾ ਗਿਆ, ਕਲੈਂਪ ਦਿੱਤਾ ਗਿਆ, ਉਸ ਨੂੰ ਐਡਜਸਟੇਬਲ ਵੀ ਰੱਖਿਆ। ਆਪਾਂ ਇਹਨੂੰ ਖੋਲ੍ਹ ਕੇ ਚੇਂਜ ਕਰਨਾ ਹੈ, ਅੱਗੇ ਪਿੱਛੇ ਕਰਨਾ ਹੈ, ਆਪਣੇ ਹਿਸਾਬ ਅਕੋਰਡਿੰਗ ਆਪਾਂ ਇਹਨੂੰ ਸੈਟਿੰਗ ਕਰ ਸਕਦੇ ਹਾਂ। ਠੀਕ ਹੈ ਸਰ। ਲਓ ਜੀ ਦੋਸਤੋ, ਇਹ ਸਨ ਕੰਪਨੀ ਦੇ ਸੁਪਰਵਾਈਜ਼ਰ, ਅਤੇ ਦੋਸਤੋ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸੋ, ਅਤੇ ਇਹਨਾਂ ਦੇ ਕੰਟੈਕਟ ਨੰਬਰ ਵੀਡੀਓ ਦੇ ਨੀਚੇ ਮਿਲ ਜਾਣਗੇ ਜੀ, ਇਹਨਾਂ ਸੰਪਰਕ ਕਰਕੇ ਤੁਸੀਂ ਲੈ ਸਕਦੇ ਹੋ। ਅਤੇ ਦੋਸਤੋ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸਿਓ, ਅਤੇ ਨਵੀਂ ਆ ਰਹੀ ਮਿਸ਼ਨ ਜਾਣਕਾਰੀ ਲਈ ਵਿਸ਼ਕਰਮਾ ਦਲਬਾ ਯੂਟਿਊਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਕਿਉਂਕਿ ਦੋਸਤੋ ਨਵੀਂ ਮਿਸ਼ਨ ਜਾਣਕਾਰੀ ਸਭ ਤੋਂ ਪਹਿਲਾਂ ਆਪਣੇ ਚੈਨਲ 'ਤੇ ਹੀ ਮਿਲਦੀ ਹੈ। ਧੰਨਵਾਦ ਜੀ।